ਰਾਸ਼ਨ ਅਸੀਂ ਵੰਡ ਰਹੇ ਹਾਂ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦੇ ਕੋਲ ਖਾਣ ਪੀਣ ਦੀ ਦਿੱਕਤ ਦਾ ਸਾਹਮਣਾ ਕਰ ਰਹੇ ਨੇ। ਇਹ ਸਾਰਾ ਅਸੀਂ ਸਾਡੇ ਮਾਣਯੋਗ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਅਤੇ ਸਰਦਾਰ ਰਮਨੀਤ ਸਿੰਘ ਜੀ ਬਿੱਟੂ ਸਾਡੇ MP ਸਾਹਿਬ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਮੈਂ ਕਾਂਗਰਸੀ ਵਰਕਰ ਹੋਣ ਦੇ ਨਾਤੇ ਇੱਕ ਸਮਾਜਿਕ ਸੇਵਕ ਹੋਣ ਦੇ ਨਾਤੇ ਆਪਣੇ ਪਰਿਵਾਰ ਦੇ ਵਿੱਚ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਔਰ ਅਸੀਂ ਧੰਨਵਾਦ ਹਾਂ ਪੁਲਿਸ ਪ੍ਰਸ਼ਾਸਨ ਦੇ ਕਮਿਸ਼ਨਰ ਸਾਹਿਬ ਦੇ ਅਤੇ ਸਾਰੀ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਜਿਨ੍ਹਾਂ ਨੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਔਰ ਲੋਕਾਂ ਦੀ ਸੇਵਾ ਦੇ ਲਈ ਦਿਨ ਰਾਤ ਇੱਕ ਕਰ ਦਿੱਤਾ ਵੈ। ਸਾਡੇ ਨਾਲ ਜਾ ਕੇ ਗਲੀ ਗਲੀ ਘੁੰਮ ਕੇ ਰਾਸ਼ਨ ਪਹੁੰਚਾਇਆ ਅਤੇ ਅੱਜ ਇੱਦਾਂ ਮਹਿਸੂਸ ਹੋ ਰਿਹਾ ਵੈ ਕਿ ਜਿੱਥੇ ਆਪਣੇ ਵਾਰਡ ਦੀ ਗੱਲ ਕਰਾਂ ਤਕਰੀਬਨ ਹਰ ਘਰ ਦੇ ਵਿੱਚ ਲੋੜਵੰਦ ਵਿਅਕਤੀ ਨੂੰ ਰਾਸ਼ਨ ਮਿਲ ਰਿਹਾ ਵੈ ਜੋ ਕਿ ਰਹਿ ਵੀ ਜਾਏਗਾ ਅਸੀਂ ਉਹਨਾਂ ਨੂੰ ਪਹੁੰਚਾਵਾਂਗੇ। ਕਾਂਗਰਸ ਸਰਕਾਰ ਜਿਹੜੀ ਹੈਗੀ ਹੈ ਉਹ ਦਿਨ ਰਾਤ ਕੋਰੋਨਾ ਦਾ ਨਿਪਟਣ ਦੇ ਲਈ ਸਾਰੇ ਉਪਾਏ ਉਪਰਾਲੇ ਕਰ ਰਹੀ ਹੈ ਔਰ ਅਸੀਂ ਸਰਕਾਰ ਦੇ ਇੱਕ ਸਿਪਾਹੀ ਬਣ ਕੇ ਇੱਕ ਪਾਰਟੀ ਦੇ ਸਿਪਾਹੀ ਬਣ ਕੇ ਅਸੀਂ ਸਮਾਜ ਦੀ ਸੇਵਾ ਕਰਾਂਗੇ ਅਤੇ ਘਰ ਘਰ ਦੇ ਵਿੱਚ ਜਿੱਥੇ ਲੋੜ ਹੋਏਗੀ ਰਾਸ਼ਨ ਪਹੁੰਚਾਵਾਂਗਾ। ਮੈਂ ਸਭ ਦਾ ਪੁਲਿਸ ਪ੍ਰਸ਼ਾਸਨ ਦਾ ਵੀ ਔਰ ਸਰਕਾਰ ਦਾ ਵੀ ਔਰ ਸਭ ਦਾ ਹੀ ਧੰਨਵਾਦ ਕਰਦਾ ਹਾਂ। ਨੰਬਰ 84 ਦੇ ਵਿੱਚ ਖਰਬੰਦਾ ਸਾਹਿਬ ਦੀ ਰਹਿਨਮਾਈ ਦੇ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਔਰ ਹਰ ਗਰੀਬ ਵਰਕਰ ਜਿਹੜਾ ਵੀ ਹੈ ਲੇਡੀਜ਼ ਹੈ ਉਹਨਾਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਜਿਨ੍ਹਾਂ ਜ਼ਰੂਰਤਮੰਦਾਂ ਨੂੰ ਉਹ ਆਪ ਬੁਲਾ ਕੇ ਇੱਕ ਨਿਸ਼ਕਾਂਤ ਸੇਵਾ ਨਾਲ ਇਹ ਖਰਬੰਦਾ ਸਾਹਿਬ ਕੰਮ ਕਰ ਰਹੇ ਹੈ ਔਰ ਮੈਂ ਇਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੂੰ ਬੁਲਾ ਕੇ ਇਹ ਰਾਸ਼ਨ ਸਮਾਰੋਹ ਦੇ ਵਿੱਚ ਬੁਲਾ ਕੇ ਸਾਡੇ CP ਸਾਹਿਬ ਔਰ ਕੈਪਟਨ ਅਮਰਿੰਦਰ ਸਿੰਘ ਦੀ ਰਹਿਨਮਾਈ ਦੇ ਵਿੱਚ ਸਾਰੇ ਮਾਣਯੋਗ ਕੁੰਦਰਾ ਸਾਹਿਬ ਹੋਰ ਮੇਰੇ ਦੋਸਤ ਸੱਜਣ ਮਿੱਤਰ ਆਏ ਹੈ ਇਹਨਾਂ ਦਾ ਆਇਆ ਮੈਂ ਧੰਨਵਾਦ ਸਭ ਦਾ ਕਰਦਾ।